ਤਾਜਪੋਸ਼ੀ ਦਾ ਪ੍ਰੋਗਰਾਮ ਲਿਖਿਆ ਗਿਆ, ਇਹਦੇ ਬਾਰੇ ਸਾਨੂੰ ਵਿਸਥਾਰ ਚ ਦੱਸੋ। ਇਹਦੇ ਬਾਰੇ ਤਾਂ ਇਸ ਤਰ੍ਹਾਂ ਜੋ ਪਾਰਟੀ ਸੇਵਾ ਬਖਸ਼ੀ ਹੈ ਮੈਨੂੰ, ਉਹ ਮੈਂ ਤਹਿ ਦਿਲ ਬਿਲਕੁਲ ਆਪਣੇ ਤੋਂ ਉੱਤੇ ਉੱਠ ਕੇ ਸੇਵਾ ਕਰਾਂਗਾ ਔਰ ਵਿਕਾਸ ਕਰਾਂਗਾ ਰਾਜਪੁਰੇ ਦਾ, ਜਿੰਨਾ ਮੈਕਸੀਮਮ ਹੋਏਗਾ ਵੋਟ ਦਿਆਂਗਾ, ਪੂਰੀ ਟਾਈਮ ਦਿਆਂਗਾ। ਮੈਨੂੰ ਕੋਈ ਉਹ ਨਹੀਂ ਹੈ, ਮੈਂ ਬਹੁਤ ਪੁਰਾਣਾ ਵਰਕਰ ਹੈ, ਅੱਜ ਤੱਕ ਨਹੀਂ ਹੈ, 40-45 ਸਾਲ 50 ਸਾਲ ਜੁੜੇ ਹੋਏ ਹਨ, ਮੈਨੂੰ ਕਿਸੇ ਦਾ ਕੋਈ ਉਹ ਨਹੀਂ ਹੈ। ਮੇਰੀ ਸਭ ਤੋਂ ਵੱਡੀ ਬਖਸ਼ਿਸ਼ ਹੈ, ਬੜੀ ਕਿਰਪਾ ਹੈ, ਮੇਰੇ ਅਪਾਰ ਰਹਿਮਤ ਮੈਂ ਹਾਈਕਮਾਨ ਦਾ, ਰਾਜਪੁਰੇ ਦੀ ਜਿਹੜੀ ਹੈ ਸਾਡੀ ਟੀਮ ਦਾ, ਜਿਨ੍ਹਾਂ ਨੇ ਮੈਨੂੰ ਮਾਣ ਦਿੱਤਾ, ਸਾਡੇ ਨਰਿੰਦਰ ਨਾਗਪਾਲ ਜੀ, ਹਾਂਜੀ, ਆਪਣਾ ਗਰੇਵਾਲ ਜੀ, ਸਾਪਲਾ ਜੀ, ਇਹਨਾਂ ਲੋਕਾਂ ਨੇ ਮੇਰਾ ਮੇਰੇ 'ਤੇ ਭਰੋਸਾ ਕਰਕੇ ਮੈਨੂੰ ਮਾਣ ਦਿੱਤਾ। ਮੈਂ ਜੀ ਜਾਨ ਨਾਲ ਪੂਰਾ ਕਰਾਂਗਾ, ਨਿਭਾਵਾਂਗਾ, ਰਾਜ ਦਾ ਵਿਕਾਸ ਕਰਾਂਗਾ ਪੂਰੇ ਡਟ ਕੇ, ਮਤਲਬ ਖਾਲੀ ਕਹਿਣ ਦੀਆਂ ਗੱਲਾਂ ਨਹੀਂ ਹੈ, ਜੰਮੀ ਬਣ ਕੇ ਕੰਮ ਨਹੀਂ ਕਰਨਾ, ਪੂਰਾ ਤਿਲੋਂ ਕਹਿ ਦਿਓ।